ਅਸਲਾਮੁਅਲੈਕਮ, ਕੀ ਹਾਲ ਹੈ ਜੀ ਦੋਸਤਾਂ ਦਾ? ਠੀਕ ਠਾਕ ਆ। ਅੱਜ ਦੀ ਜਿਹੜੀ ਸਾਡੀ ਵੀਡੀਓ ਹੈਗੀ ਨਾ ਜੀ, ਤੁਹਾਨੂੰ ਜੀ ਡਿਸਕਾਂ ਦੇ ਬਾਰੇ ਦੱਸਾਂਗੇ ਮਾਲੂਮਾਤ। ਦੋ ਲਹਿਦਾ ਟਰੈਕਟਰ ਨੇ, ਉਹਨਾਂ ਮਗਰ ਡਿਸਕਾਂ ਨੇ, ਉਹਨਾਂ ਦੀ ਪਰਫਾਰਮੈਂਸ ਤੁਹਾਨੂੰ ਦਿਖਾਵਾਂਗੇ। ਪਹਿਲਾਂ ਤਾਂ ਟਰੈਕਟਰ ਜਿਹੜਾ ਸਾਡੇ ਕੋਲ ਹੈਗਾ ਵਾ ਗਾਜ਼ੀ ਆ, 65 horsepower, ਇਹਦੀ ਪਰਫਾਰਮੈਂਸ ਡਿਸਕਾਂ ਮਗਰ ਦਿਖਾਵਾਂਗੇ। ਉਸ ਤੋਂ ਇਲਾਵਾ ਦੂਸਰਾ ਜਿਹੜਾ ਸਾਡੇ ਕੋਲ 385 ਆ, ਉਹਦੀ ਦਿਖਾਵਾਂਗੇ। ਇਹਦੇ ਮਗਰ ਜੀ 16 ਡਿਸਕਾਂ ਪਾਈਆਂ ਨੇ ਅਸੀਂ। ਹੁਣ ਗੱਡੀ ਚੱਲ ਰਹੀ ਆ, ਇਹਦੀ ਪਰਫਾਰਮੈਂਸ ਵੀ ਤੁਹਾਨੂੰ ਦਿਖਾ ਰਹੇ ਹਾਂ ਅਸੀਂ। ਬਾਕੀ ਡਰਾਈਵਰ ਕੋਲੋਂ ਪੁੱਛਾਂਗੇ ਕਿੰਨੀਆਂ ਡਿਸਕਾਂ ਵਾ, ਕਿਹੜੀ ਚਲਾ ਰਿਹਾ ਵਾ, ਕਿੰਨੀ ਦੇਰ 'ਚ ਪੈਲੀ ਬਣਦਾ ਵਾ, ਪੈਲੀ ਦਾ ਕਿੰਨਾ ਲੈਂਦਾ ਵਾ, ਸਾਰੀ ਮਾਲੂਮਾਤ ਤੁਹਾਨੂੰ ਦੱਸ ਦਿਓ ਦੋਸਤਾਂ। ਬਾਕੀ ਇਸ ਤੋਂ ਬਾਅਦ ਤੁਹਾਨੂੰ ਅਸੀਂ ਨਾ 385 ਉਹਦੀ ਪਰਫਾਰਮੈਂਸ ਵੀ ਦਿਖਾਵਾਂਗੇ, ਅਤੇ ਉਹਦੇ ਵੀ ਗੱਲਬਾਤ ਕਰਾਂਗੇ ਡਰਾਈਵਰ ਦੇ ਨਾਲ, ਉਹਦੀਆਂ ਕਿੰਨੀਆਂ ਡਿਸਕਾਂ, ਕੀ ਹਿਸਾਬ ਕਿਤਾਬ ਆ। ਆਪ ਕੋ ਆ ਗਏ, ਇਹਨਾਂ ਕੋਲੋਂ ਪੁੱਛਦੇ ਹਾਂ। ਅਸਲਾਮ ਅਲੈਕਮ, ਕੀ ਨਾਮ ਆ ਆਪਣਾ? ਅਮਰ ਫਰੂਕ ਹੈ। ਤੁਸੀਂ ਡਿਸਕਾਂ ਚਲਾ ਰਹੇ ਜੀ, ਕਿੰਨੀਆਂ ਡਿਸਕਾਂ ਹੈ? 16 ਡਿਸਕਾਂ ਵਾ, ਅਤੇ ਤੁਸੀਂ ਇੱਕ ਪਹਿਲੇ ਕਿੰਨੀ ਦੇਰ 'ਚ ਵਾ ਲੈਂਦੇ ਜੀ? ਪੌਣਾ ਘੰਟਾ ਲੱਗ ਜਾਂਦਾ ਹੈ। ਪੌਣਾ ਘੰਟਾ? ਅਤੇ ਤੁਸੀਂ ਡਿਸਕਾਂ ਵਾਹੁੰਦੇ ਹੋ ਕਿੱਲੀ ਫੁੱਲ ਖੋਲ੍ਹ ਕੇ ਵਾਹ ਰਹੇ? ਫੁੱਲ ਖੋਲ੍ਹ ਕੇ। ਅਤੇ ਇਹ ਡਿਸਕ ਵੀ ਕਾਫੀ ਵੱਡੀ ਆ, ਅਤੇ ਪੈਲੀ ਤਾਂ ਬਹੁਤ ਥੱਲੇ ਤੱਕ ਜਾ ਰਹੀ ਆ ਡਿਸਕ। ਅਤੇ ਤੁਸੀਂ ਇੱਕ ਪੈਲੀ ਦੇ ਕਿੰਨੇ ਪੈਸੇ ਲੈਂਦੇ ਜੀ? 1000 ਇੱਕ ਸੀਨ ਦਾ ਲੈਂਦੇ ਜੀ। ਅਤੇ ਬਾਕੀ ਰੇਸ ਤੁਸੀਂ ਕਿੰਨੀ ਕੁ ਰੱਖਦੇ ਜੀ? ਫੁੱਲ ਛੰਡ ਕੇ ਰੱਖਦੇ ਜੀ? ਘੱਟ ਰੇਸ ਤੇ ਬਾਈ ਦੀ, ਅਤੇ ਇਹ ਥੋੜ੍ਹੀ ਜਿਹੀ ਸਪੀਡ ਜ਼ਿਆਦਾ ਹੋਵੇ ਤਾਂ ਜ਼ਿਆਦਾ ਲੱਗਦੀ ਆ ਡਿਸਕ। ਅਤੇ ਇੱਕ ਲਿਮਟ ਦੇ ਨਾਲ ਤੁਸੀਂ ਚਲਾਉਂਦੇ ਜੀ, ਵੱਧ ਘੱਟ ਨਹੀਂ ਕਰਨਾ ਪੈਂਦਾ। ਅਗਰ ਅਸੀਂ ਰੇਸ ਜ਼ਿਆਦਾ ਤੁਸੀਂ ਕਰੋਗੇ ਤਾਂ ਫਿਰ ਇਹਦੇ ਨਾਲ ਨੁਕਸਾਨ ਹੈਗਾ ਪੈਲੀ ਟੋਏ, ਨੁਕਸਾਨ ਹੈ ਫਿਰ ਪੈਲੀ ਦਾ ਨੁਕਸਾਨ, ਦੋ ਬੰਦਿਆਂ ਦਾ ਨੁਕਸਾਨ ਹੈ, ਤੇਲ ਦਾ ਵੀ ਪੈਲੀ ਦਾ ਵੀ। ਅਤੇ ਫਿਰ ਉਹ ਡੂੰਘੀ ਹੋ ਜਾਂਦੀ ਪੈਲੀ। ਬਾਕੀ ਹੁਣ ਤੁਹਾਨੂੰ ਅਸੀਂ ਇਹਦੀ ਪਰਫਾਰਮੈਂਸ ਵੀ ਦਿਖਾਤੀ ਹੈ, ਡਰਾਈਵਰ ਕੋਲੋਂ ਮਾਲੂਮਾਤ ਵੀ ਪੁੱਛ ਲਈ। ਬਾਕੀ ਤੁਹਾਨੂੰ ਫਿਰ ਇੱਕ ਵਾਰੀ ਦਿਖਾਉਂਦੇ ਕਿੰਨੀ ਕੁ ਰੇਸ ਦਿੱਤਾ। ਅਸੀਂ ਹੁਣ ਤੁਹਾਨੂੰ ਨਾ ਪਰਫਾਰਮੈਂਸ ਦਿਖਾਉਂਦੇ 385 ਦੀ, ਇਹ ਵੀ ਡਿਸਕਾਂ ਚਲਾ ਰਿਹਾ, ਅਤੇ ਇਹਦੇ ਮਗਰ ਵੀ 16 ਨੇ, ਗਾਜ਼ੀ ਮਗਰ ਵੀ 16 ਸੀ ਅਤੇ ਇਹਦੇ ਮਗਰ ਵੀ 16। ਇਹਦੀ ਸਪੀਡ ਚੈੱਕ ਕਰੋ, ਕੋਈ ਪਰਵਾਹ ਨਹੀਂ ਆ, ਫੁੱਲ ਕਿੱਲੀ ਖੋਲ੍ਹੀ ਹੋਈ ਡਿਸਕਾਂ। ਬਿਲਕੁਲ ਖੋਲ੍ਹੀਆਂ ਵਾ, ਥੋੜ੍ਹਾ ਫਰੇਮ ਇਹਦਾ ਜਿਹੜਾ ਨਾ ਹੌਲਾ ਹੈਗਾ ਵਾ, ਡਿਸਕ ਖੜਕ ਰਹੀ ਆ, ਬਾਕੀ ਲੱਗ ਫੁੱਲ ਰਹੀ ਆ, ਕਿਉਂਕਿ ਵੱਡੀ ਗੱਡੀ ਇਹਨਾਂ ਨੂੰ ਥੋੜ੍ਹੀ ਦੇਣੇ, ਉਹਨਾਂ ਨੂੰ ਘੱਟ ਪਰਵਾਏ। 85 horsepower ਆ ਉਹ, 65 horsepower ਆ।
तुहानू साडी वीडियो अच्छी लगे तुसी दोस्तां दे नाल जरूर शेयर करना, लाइक कमेंट करके दसना है। अगर तुसी साडे चैनल ते पहली दफा आए जे साडे चैनल नू सबसक्राइब कर दो, तुहानू मजीद इदां दीआं वीडियो मिल सकन। हुण दूसरी पैली सीन लगा रहा, पहली सीन दे विच अच्छी परफॉर्मेंस दे रही, दूसरी दे विच जरा स्पीड च चलदा वा ते जरा उबड़दियां वा।